ਹੈਲੋ ਸਸਿਗਾਲ ਜੀ ਸਾਰਿਆਂ ਨੂੰ ਅ ਅੱਜ ਮੈਂ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ ਯੂਕੇ ਦੇ ਵਿੱਚ ਬਹੁਤ ਘੱਟ ਖਰਚੇ ਦੇ ਨਾਲ ਆਪਾਂ ਕਿਵੇਂ ਆ ਸਕਦੇ ਹਾਂ ਜਿਵੇਂ ਮੈਂ ਲਾਸਟ ਫੈਬਰੂਰੀ ਦੇ ਵਿੱਚ ਅਪਲਾਈ ਕੀਤਾ ਸੀ ਤੇ ਮੈਂ ਆਲਮੋਸਟ ਅੰਡਰ 2 ਲੱਖਸ ਮੇਰਾ ਜਸਟ ਖਰਚਾ ਆਇਆ ਤੇ ਮੈਂ ਇੱਥੇ ਪਹੁੰਚਿਆ ਓਪਨ ਵਰਕ ਪਰਮਿਟ ਹੈ ਮੇਰੇ ਕੋਲੇ 2 ਇਅਰ ਦਾ ਸੋ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਹ ਕਨਫਿਊਜ਼ਨ ਹੁੰਦੀ ਹੈ ਕਿ ਜਿਹੜੀ ਯੰਗ ਇੰਡੀਅਨ ਪ੍ਰੋਫੈਸ਼ਨਲ ਸਕੀਮ ਵੀਜ਼ਾ ਯੂਕੇ ਵੱਲੋਂ ਚਲਾਈ ਗਈ ਹੈ ਉਹ ਸ਼ਾਇਦ ਕੋਈ ਠੱਗੀ ਹੈ ਬਟ ਨਹੀਂ ਉਹ ਇੱਕ ਯੂਕੇ ਦੀ ਅਫੀਸ਼ੀਅਲ ਗਵਰਨਮੈਂਟ ਵੱਲੋਂ ਚਲਾਈ ਹੋਈ ਇੱਕ ਬਹੁਤ ਵਧੀਆ ਸਕੀਮ ਆ ਜਿਹਦੇ ਨਾਲ ਇੰਡੀਆ ਦੇ ਹਰ ਹਰ ਸਾਲ 3000 ਦੇ ਕਰੀਬ ਜਿਹੜੇ ਪਰਸਨ ਆ ਉਹਦੇ ਵਿੱਚ ਐਲੀਜੀਬਲ ਹੁੰਦੇ ਆ ਤੇ ਉਹਨਾਂ ਨੂੰ ਇਹ ਵੀਜ਼ਾ ਮਿਲਦਾ ਏ ਸੋ ਇਹਨੂੰ ਅਪਲਾਈ ਕਰਨ ਦਾ ਜਿਹੜਾ ਪ੍ਰੋਸੈਸ ਆ ਉਹ ਬਹੁਤ ਜ਼ਿਆਦਾ ਸਿੰਪਲ ਆ ਆਪਣੇ ਮੋਸਟਲੀ ਏਜੰਟਸ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਹਵਾ ਬਣਾਈ ਹੁੰਦੀ ਆ ਕਿ ਯੂਕੇ ਦਾ ਲੋਟਰੀ ਵੀਜ਼ਾ ਯੂਕੇ ਲੋਟਰੀ ਵੀਜ਼ਾ ਤੁਸੀਂ ਸਾਰੇ ਅਪਲਾਈ ਕਰ ਦੋ ਈਵਨ ਕਿ ਕਈਆਂ ਦਾ ਤਾਂ ਮੈਂ ਦੇਖਿਆ ਏ ਕਿ ਉਹ ਸਟੂਡੈਂਟਸ ਦੇ ਕੋਲੋਂ ਪਹਿਲਾਂ ਹੀ ਅਪਲਾਈ ਕਰਨ ਦੇ ਨਾਮ ਦੇ ਉੱਪਰ ਜਦ ਤੁਸੀਂ ਉਹਦੀ ਲੋਟਰੀ ਅਪਲਾਈ ਕਰਨੀ ਆ ਤੇ ਉਹਦੇ ਲਈ 5000 10000 ਇਵਨ 20000 ਰੁਪਿਆ ਵੀ ਤੁਹਾਡੇ ਕੋਲੋਂ ਚਾਰਜ ਕਰਦੇ ਆ ਕਿ ਤੁਸੀਂ ਸਾਨੂੰ ਪਹਿਲਾਂ ਇਹ ਪੇ ਕਰੋ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋਵੋਗੇ ਤਾਂ ਦਿਨ ਤੁਹਾਨੂੰ ਯੂਕੇ ਦੇ ਹਾਈ ਕਮਿਸ਼ਨਰ ਵੱਲੋਂ ਮੇਲ ਆਊਗੀ ਤੇ ਤੁਸੀਂ ਯੂਕੇ ਚਲੇ ਜਾਓਗੇ ਬਟ ਉਹ ਸਭ ਫਰਾਡ ਹੁੰਦੇ ਆ ਮੋਸਟਲੀ ਇਹਦੇ ਵਿੱਚ ਕੀ ਹੈ ਕਿ ਸਾਲ ਦੇ ਵਿੱਚ ਦੋ ਵਾਰ ਇਹ ਬੈਲਟ ਓਪਨ ਹੁੰਦੀ ਆ ਇੱਕ ਵਾਰ ਫਰਵਰੀ ਦੇ ਵਿੱਚ ਹੋਈ ਸੀਗੀ 20 ਤੋਂ 22 22 ਫਰਵਰੀ ਤੱਕ ਰਹੀ ਸੀਗੀ ਓਪਨ ਉਦੋਂ ਮੈਂ ਅਪਲਾਈ ਕੀਤਾ ਸੀ ਤੇ ਹੁਣ ਜੁਲਾਈ ਇਦੇ ਵਿੱਚ ਇਹ ਬੈਲਟ ਦੁਬਾਰਾ ਓਪਨ ਹੋਣ ਜਾ ਰਹੀ ਹੈ ਇਹਦੇ ਲਈ ਤੁਹਾਨੂੰ ਕਿਸੇ ਏਜੰਟ ਦੀ ਜ਼ਰੂਰਤ ਨਹੀਂ ਹੁੰਦੀਗੀ ਤੁਸੀਂ ਆਪਣੀ ਜਿਹੜੀ ਫਾਈਲ ਆ ਉਹ ਖੁਦ ਪ੍ਰੋਸੈਸ ਕਰ ਸਕਦੇ ਆ ਜਸਟ ਇੱਕ ਤੁਸੀਂ Google ਦੇ ਉੱਪਰ ਜਾ ਕੇ ਸਰਚ ਕਰਨਾ ਹੈ ਜੰਗ ਇੰਡੀਅਨ ਪ੍ਰੋਫੈਸ਼ਨਲ ਸਕੀਮ ਤਾਂ ਤੁਹਾਨੂੰ ਉਹਦੇ ਵਿੱਚ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਆ ਜਾਊਗੀ ਤੁਸੀਂ ਸਿੰਪਲੀ ਉਹ ਜਿਵੇਂ ਵੈਬਸਾਈਟ ਦੇ ਉੱਪਰ ਮੈਂਸ਼ਨ ਹੋਊਗਾ ਆਪ ਸਟੈਪਸ ਆ ਜਿਹੜੇ ਸਾਰੇ ਫਾਲੋ ਕਰਨੇ ਆ ਤੇ ਅਪਲਾਈ ਕਰ ਦੇਣਾ ਹੈ ਬਹੁਤ ਜ਼ਿਆਦਾ ਸੌਖਾ ਹੁੰਦਾ ਹੈ ਮੈਂ ਵੀ ਆਪਣੀ ਜਿਹੜੀ ਬੈਲਟ ਦੇ ਵਿੱਚ ਆ ਉਹ ਖੋਦੀ ਅਪਲਾਈ ਕੀਤਾ ਸੀਗਾ ਤੇ ਮੈਨੂੰ ਵਿਦਨ 3 ਟੂ 4 ਡੇਸ ਤੋਂ ਬਾਅਦ ਈਮੇਲ ਆ ਗਈ ਸੀ ਕਿ ਤੁਸੀਂ ਜਿਹੜੀ ਸਕਸੈਸਫੁਲੀ ਬੈਲਟ ਕਲੀਅਰ ਕਰ ਗਏ ਆ ਤੇ ਹੁਣ 90 ਦਿਨਾਂ ਦੇ ਵਿੱਚ ਵਿੱਚ ਆਪਣੀ ਫਾਈਲ ਲਗਾ ਦਿਓ ਤਾਂ ਉਸ ਤੋਂ ਬਾਅਦ ਆਪਾਂ ਨੂੰ ਕੋਈ ਜ਼ਿਆਦਾ ਡਾਕੂਮੈਂਟ ਸੁਣ ਨਹੀਂ ਹੁੰਦੇ ਕਿ ਸਿਰਫ ਇੱਕ ਆਪਣੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ 3 ਲੱਖ ਤੱਕ ਦਾ ਕਪਰ ਫੰਡ ਸ਼ੋ ਕਰਨੇ ਹੁੰਦੇ ਆ ਜਿਹੜੇ ਕਿ ਅਰਾਊਂਡ ਯੂਕੇ ਦੇ 25 ਤੋਂ 2600 ਪਾਉਂਡ ਹੁੰਦੇ ਆ ਔਰ ਇਹਦੇ ਵਿੱਚ ਖਰਚਾ ਕੁਝ ਵੀ ਨਹੀਂ ਆਉਂਦਾਗਾ ਮੇਰਾ ਜਸ 2 ਲੱਖ ਖਰਚਾ ਆਇਆ ਏ ਜਿਹਦੇ ਵਿੱਚੋਂ 1600 ਪਾਉਂਡ ਆਪਣੀ ਯੂਕੇ ਦੀ ਹੈਲਥ ਇੰਸ਼ੋਰੈਂਸ ਹੁੰਦੀ ਆ ਆਈ ਐਚ ਐਸ ਨੂੰ ਕਹਿੰਦੇ ਆ ਤੇ 298 ਪਾਉਂਡ ਦੇ ਕਰੀਬ ਆ ਜਿਹੜੇ ਉਹ ਆਪਣੀ ਐਮਬੈਸੀ ਫੀਸ ਹੁੰਦੀ ਆ ਇਸ ਤੋਂ ਬਿਨਾ ਅਗਰ ਤੁਸੀਂ ਕੋਈ ਏਜੰਟ ਵਗੈਰਾ ਹਾਇਰ ਕਰਕੇ ਉਹਦੇ ਕੋਲੋਂ ਫਾਈਲਿੰਗ ਕਰਵਾਉਣੇ ਆ ਜਿਵੇਂ ਮੈਂ ਆਪਣੇ ਮੋਗੇ ਕੋਈ ਲੋਕਲ ਏਜੰਟ ਹਾਇਰ ਕੀਤਾ ਸੀ ਮੈਂ 벨ਟ ਦੇ ਵਿੱਚ ਖੁਦ ਅਪਲਾਈ ਕੀਤਾ ਜਦੋਂ ਮੈਨੂੰ ਸਕਸੈਸਫੁਲ ਦੀ ਈਮੇਲ ਆ ਗਈ ਸੀ ਤਾਂ ਉਸ ਟਾਈਮ ਮੈਂ ਕੌਨਫੀਡੈਂਟ ਨਹੀਂ ਸੀਗਾ ਕਿ ਮੈਂ ਆਪਣੀ ਫਾਈਲ ਜਿਹੜੀ ਉਹ ਖੁਦ ਆਪਣਾ ਅਕਾਊਂਟ ਬਣਾ ਕੇ ਲੌਗ ਇਨ ਕਰਦੇ ਆ ਤਾਂ ਉਹਦੇ ਲਈ ਮੈਂ ਇੱਕ ਏਜੰਟ ਹਾਇਰ ਕੀਤਾ ਸੀਗਾ ਤਾਂ ਉਹਨਾਂ ਨੇ ਨੋਮੀਨਲ ਜਿਹੇ ਮੇਰੇ ਕੋਲ ਚਾਰਜੀਸ ਲਾਈ ਸੀ ਉਹਨਾਂ ਨੂੰ ਮੈਂ ਪੇ ਕਰਕੇ ਆਪਣੀ ਫਾਈਲਿੰਗ ਕਰਵਾ ਲਈ ਸੀ ਬਟ ਉਸ ਚੀਜ਼ ਦੀ ਵੀ ਜ਼ਰੂਰਤ ਨਹੀਂ ਹੁੰਦੀ ਜਦੋਂ ਤੁਹਾਨੂੰ ਬੈਲਟ ਦੇ ਵਿੱਚ ਨਾਮ ਆ ਗਿਆ ਤੇ ਤੁਸੀਂ ਗ੍ਰੈਜੂਏਟਡ ਹੋ ਔਰ ਤੁਹਾਡੀ ਏਜ 18 ਤੋਂ 30 ਸਾਲ ਦੇ ਵਿੱਚ ਹੈਗੀ ਆ ਤਾਂ ਤੁਸੀਂ ਐਲੀਜੀਬਲ ਆ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਸੋ ਥੈਂਕ ਯੂ ਇਦਾਂ ਨਹੀਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਵੀਡੀਓ ਉਹ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਕੋਈ ਫਰੈਂਡਸ ਜਾਂ ਜੋ ਵੀ ਇੰਡੀਆ ਦੇ ਵਿੱਚ ਗ੍ਰੈਜੂਏਟਡ ਹੈਗੇ ਆ ਫ੍ਰੀ ਹੈਗੇ ਆ ਉਹ ਯੂਕੇ ਆ ਕੇ ਇੱਥੇ ਐਕਸਪਲੋਰ ਕਰ ਸਕਣ ਤੇ ਇੱਥੇ ਆ ਕੇ ਵਧੀਆ ਵਧੀਆ ਜੋਬਸ ਵਗੈਰਾ ਕਰ ਸਕਣ ਥੈਂਕ ਯੂ ਸੋ ਮੱਚ